ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਜੋ ਆਪਣੀ ਪੀਬੀਕਿਊ ਪੀਟ੍ਰੀਪਲੱਸਬੀ ਦੇ ਪਿਛਲੇ ਪੇਪਰਾਂ ਦੇ 2021 ਦੇ ਵਿੱਚ ਜਿੰਨੇ ਵੀ ਪੇਪਰ ਹੋਏ ਨੇ ਉਹਦੀ ਆਪਾਂ ਜੀਕੇ ਦਾ ਐਨਾਲਾਈਜ਼ ਕਰ ਰਹੇ ਆਂ ਉਹਨੂੰ ਆਪਾਂ ਇੱਕ ਮੌਕ ਟੈਸਟ ਵਾਜੋਂ ਕਰ ਰਹੇ ਆਂ ਠੀਕ ਆ ਤੁਸੀਂ ਜਿੰਨੇ ਵੀ ਕੈਂਡੀਡੇਟਸ ਪੀਟ੍ਰੀਪਲੱਸਬੀ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਇਹ ਵਾਲੀ ਸੀਰੀਜ਼ ਜ਼ਰੂਰ ਦੇਖੋ ਠੀਕ ਆ ਜੀ ਇਹਦੇ ਵਿੱਚ ਤੁਸੀਂ ਐਜ਼ ਅ ਮੌਕ ਟੈਸਟ ਦੇਣਾ ਵਾ ਜਦੋਂ ਕਿ ਆਪਾਂ ਨੇ ਕੋਈ ਕੁਐਸਚਨ ਪੁੱਛ ਲਿਆ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਟਾਈਮ ਦੇਵਾਂਗੇ ਕਿ ਇੰਨਾ ਟਾਈਮ ਲੱਗੇਗਾ ਤੇ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਇਹੀ ਮਿਲੇਗਾ ਕਿ ਤੁਸੀਂ ਜਦੋਂ ਵੀ ਇਸ ਨੂੰ ਸੀਰੀਜ਼ ਨੂੰ ਇਸ ਟਾਈਮ ਤੁਹਾਡੇ ਹੋ ਰਹੇ ਨੇ ਕਿਤੇ ਤੁਹਾਨੂੰ ਭੁੱਲ ਤਾਂ ਨਹੀਂ ਰਹਿ ਗਿਆ ਕੁਐਸਚਨ ਜਿਹੜਾ ਤੇ ਸਿਲੇਬਸ ਰਹਿ ਗਿਆ ਤੇ ਕਿੰਨਾ ਸਿਲੇਬਸ ਆਪਣਾ ਰਹਿ ਗਿਆ ਤੇ ਕਿਹਦੇ ਉੱਤੇ ਆਪਾਂ ਨੂੰ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਆ ਟਾਪਿਕ ਆਪਾਂ ਨੂੰ ਪਤਾ ਲੱਗਣਗੇ ਕਿ ਸਟੈਟਿਕ ਜੀਕੇ ਚੋਂ ਕਿਹੜੇ ਆ ਰਹੇ ਨੇ ਪੰਜਾਬ ਚੋਂ ਜ਼ਿਆਦਾ ਕਿਹੜੇ ਪੁੱਛ ਰਹੇ ਨੇ ਪੋਲਿਟੀ ਮਾਡਰਨ ਹਿਸਟਰੀ ਦੇ ਵਿੱਚੋਂ ਕਿਹੜੇ ਆ ਰਹੇ ਨੇ ਠੀਕ ਆ ਇਸ ਟਾਈਮ ਦੇ ਉੱਤੇ ਇਸ ਚੀਜ਼ ਦਾ ਆਪਾਂ ਨੂੰ ਦੇਖਣਾ ਬਹੁਤ ਜ਼ਰੂਰੀ ਆ ਚਾਹੇ ਤੁਸੀਂ ਨਵੇਂ ਸਟੂਡੈਂਟ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੀਵੀਅਸ ਈਅਰ ਪੇਪਰਾਂ ਚ ਪੀਟ੍ਰੀਪੀਐਸਵੀ ਕਿੱਦਾਂ ਦੇ ਕੁਐਸਚਨ ਕਰਦਾ ਵਾ ਦੇਖੋਗੇ ਸਟੈਟਿਕ ਜੀਕੇ ਮਾਡਰਨ ਹਿਸਟਰੀ ਪੰਜਾਬ ਜੀਕੇ ਤੇ ਨਾਲ ਆਪਣੇ ਪੋਲਿਟੀ ਦੇ ਕੁਝ ਕੁਐਸਚਨ ਤੇ ਇੱਕ ਦੋ ਕੁਐਸਚਨ ਕਰੰਟ ਅਫੇਅਰ ਦੇ ਆ ਰਹੇ ਨੇ ਸੋ ਜਿਆਦਾਤਰ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਵਾ ਕਿ ਆਪਾਂ ਸਹੀ ਪੜ੍ਹਨਾ ਵਾ ਸੋ ਟਾਈਮ ਆਪਾਂ ਬਾਕੀ ਸਬਜੈਕਟ ਲਈ ਵੀ ਆਪਾਂ ਟਾਈਮ ਕੱਢਣਾ ਵਾ ਇਦਾਂ ਨਹੀਂ ਕਿ ਆਪਾਂ ਬੈਠੇ ਇੱਥੇ ਜੀਕੇ ਦੇ ਉੱਤੇ ਹੀ ਆਪਾਂ ਕਿਉਂਕਿ ਜੀਕੇ ਬਹੁਤ ਵਾਸਟ ਆ ਸਾਰੀ ਆਪਣੀ ਕਵਰ ਨਹੀਂ ਹੋ ਸਕਦੀ ਸੋ ਆਪਾਂ ਇੰਪੋਰਟੈਂਟ ਇੰਨੀ ਕਵਰ ਕਰਨੀਆਂ ਜਿਹਦੇ ਜੋ ਪੇਪਰ 'ਚ ਪਤਾ ਹੀ ਆ ਕੇ ਕੁਐਸਚਨ ਬਣਨੇ ਹੀ ਬਣਨੇ ਨੇ ਉਹ ਆਪਾਂ ਚੰਗੀ ਤਰ੍ਹਾਂ ਕਰ ਲੈਣੇ ਆ ਸੋ ਵੱਧ ਤੋਂ ਵੱਧ ਕੀ ਸਬਜੈਕਟ ਹੁੰਦਾ ਇਹਦੇ ਚੋ ਫੁੱਲ ਬਟਾ ਫੁੱਲ ਸਕੋਰ ਨਹੀਂ ਹੁੰਦਾ ਪਰ ਇਹਨੂੰ ਤੁਸੀਂ ਘਟਣਾ ਸਮਝਿਓ 40 ਨੰਬਰ ਦਾ ਪੇਪਰ ਦੇ ਵਿੱਚ ਜੇਕਰ ਅਜੀਕੇ ਤੇ ਪੰਜਾਬ ਜੀਕੇ ਮਲਾਕੇ ਆ ਰਹੀਆਂ ਨਾ ਜਿਹੜਾ ਬੰਦਾ ਇਹਦੇ ਵਿੱਚ ਜਿਹੜਾ ਵੀ ਕੈਂਡੀਡੇਟ 35 ਸਕੋਰ ਕਰ ਰਿਹਾ ਵਾ ਉਹੀ ਕੈਂਡੀਡੇਟ ਤੁਸੀਂ ਦੇਖੋਗੇ ਕਿ ਉਹੀ ਕੈਂਡੀਡੇਟ ਅੱਗੇ ਮੈਰਿਟ ਦੇ ਵਿੱਚ ਜਾਏਗਾ ਠੀਕ ਆ ਇਹ ਮੈਰਿਟ ਦੇ ਵਿੱਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਰੋਲ ਆਦਾ ਕਰਦੀ ਆ ਸੋ ਇਹਨੂੰ ਆਪਾਂ ਸਹੀ ਤਰੀਕੇ ਦੇ ਨਾਲ ਕਰਨਾ ਵਾ ਕਿਹੜੀ ਚਾੜ੍ਹ ਪੜ੍ਹਨੀ ਆ ਚੀਜ਼ ਕਿਹੜੀ ਛੱਡਣੀ ਆ ਇਹ ਵੀ ਧਿਆਨ ਦੇਣਾ ਵਾ ਆਪਾਂ ਠੀਕ ਆ ਸੋ ਬਾਕੀ ਦੇ ਸਬਜੈਕਟ ਤੁਸੀਂ ਨਾਲ-ਨਾਲ ਕਰ ਰਹੇ ਹੋ ਉਹਦੇ ਲਈ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਦਾ ਟਾਈਮ ਵਧੀਆ ਕੱਢ ਸਕਦੇ ਹੋ ਕਿਉਂਕਿ ਆਪਾਂ ਉਨਾਂ ਹੀ ਕਰਨਾ ਵਾ ਜਿੰਨਾ ਪੇਪਰ ਦੇ ਪੁਆਇੰਟ ਆਫ 뷰 ਨਾਲ ਇੰਪੋਰਟੈਂਟ ਆ ਠੀਕ ਹੈ ਜੀ ਸੋ ਜਿਆਦਾ ਆਪਾਂ ਬੁੱਕਸ ਇਦਾਂ ਨਹੀਂ ਕਿ ਜਿਆਦਾ ਆਪਾਂ ਬੁੱਕਸ ਚੱਕ ਕੇ ਢੇਰ ਲਾ ਲੈਣੇ ਆ ਤੇ ਉਸ ਤੋਂ ਬਾਅਦ ਆਪਣੇ ਤੋਂ ਕਵਰੀ ਨਾ ਹੋਣ ਉਹਦੋਂ ਨੂੰ 4-5 ਮਹੀਨਿਆਂ ਨੂੰ 6 ਮਹੀਨਿਆਂ ਨੂੰ ਪੇਪਰ ਹੋ ਜਵੇ ਤੇ ਉਹਦੇ ਟਾਈਮ ਦੇ ਉੱਤੇ ਤੁਹਾਡੇ ਤੋਂ ਸਕੋਰ ਨਾ ਹੋ ਸਕੇ ਠੀਕ ਹੈ ਜੀ ਸੋ ਆਪਣੀਆਂ ਤੁਸੀਂ ਥਿਊਰੀ ਕਲਾਸਾਂ ਸਾਰੀਆਂ ਮੈਂ ਕਰਵਾ ਰਿਆ ਮੈਂ ਥਿਊਰੀ ਕਲਾਸਾਂ ਤੁਸੀਂ ਜ਼ਰੂਰ ਦੇਖੋ ਪੋਲਿਟੀ ਮਾਡਰਨ ਹਿਸਟਰੀ ਤੇ ਪੰਜਾਬ ਜੀਕੇ ਚੱਲ ਰਹੀ ਆ ਰਹੀ ਗੱਲ ਸਟ੍ਰੈਟੇਜੀ ਜੀਕੇ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਸਟ੍ਰੈਟੇਜੀ ਜੀਕੇ ਦੀ ਕਲਾਸ ਜੂਨ ਦੇ ਪਹਿਲੇ ਹਫ਼ਤੇ ਯਾਨਕਿ ਜੋ ਆਪਣਾ ਹੁਣ ਨੈਕਸਟ ਮੰਥ ਚੜ ਦੇ ਦੇ ਵਿੱਚ ਵਿੱਚ ਸੋ ਉਸ ਤੋਂ ਬਾਅਦ ਪੋਲੀਟੀ ਸਟੈਟਿਕ ਜੀਕੇ ਦੋ ਸਬਜੈਕਟ ਆਪਣੇ ਰਹਿਣਗੇ ਜਿਹੜੇ ਚੱਲਦੇ ਰਹਿਣਗੇ ਮਾਡਰਨ ਹਿਸਟਰੀ ਆਪਾਂ ਆਲਮੋਸਟ ਕਵਰ ਕਰ ਚੁੱਕੇ ਆਂ ਇਹਦੀਆਂ ਇੱਕ ਦੋ ਕਲਾਸਾਂ ਰਹਿੰਦੀਆਂ ਮਾਡਰਨ ਹਿਸਟਰੀ ਦੀਆਂ ਉਹ ਮੈਂ ਕਵਰ ਕਰ ਦੂੰਗਾ ਇੱਕ ਮੁਗਲ ਕਾਲ ਦਾ ਪੀਰੀਅਡ ਰਹਿੰਦਾ ਵਾ ਉਹ ਉਹ ਕਰਦਾਂਗੇ ਸੋ ਤੁਸੀਂ ਹੁਣ ਆਪਦਾ ਇਹ ਪੀਆਈਕਿਊ ਸੀਰੀਜ਼ ਜ਼ਰੂਰ ਦੇਖੋ ਲਗਭਗ ਡੇਲੀ ਤੁਹਾਨੂੰ ਇੱਕ ਵੀਡੀਓ ਦੇਖਣ ਨੂੰ ਮਿਲੇਗੀ ਇੱਕ ਪੇਪਰ ਦੀ ਪੀਆਈਕਿਊ ਜੀਕੇ ਤੁਸੀਂ ਐਜ਼ ਅ ਮੌਕ ਟੈਸਟ ਅਟੈਂਪਟ ਕਰਨਾ ਵਾ ਨਾਲ ਦੀ ਨਾਲ ਤੁਸੀਂ ਆਪਦੇ ਦਿਮਾਗ 'ਚ ਸੋਚਣਾ ਤੇ ਨਾਲ ਹੀ ਮੈਂ ਤੁਹਾਨੂੰ ਆਨਸਰ ਦੇ ਦਵਾਂਗਾ ਸੋ ਜ ਹੋਏਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਪਾ ਸਕਦੇ ਹੋ ਕੁਇਰੀ ਆਪਾਂ ਤੁਹਾਡਾ ਸੋਲਵ ਕਰਾਂਗੇ ਠੀਕ ਹੈ ਜੀ ਸੋ ਧੰਨਵਾਦ ਜੀ ਹੁਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹ ਵੱਧ ਤੋਂ ਵੱਧ ਸੀਰੀਜ਼ ਜਿਹੜੀ ਪੀਰ ਰਿਪਲਸਬੀ ਪੀワイਕਿਊ ਸੀਰੀਜ਼ ਚਲਾਈ ਆਪਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਧੰਨਵਾਦ ਜੀ